ਹਾਂਜੀ ਜੀ ਜੀ ਸਤਿ ਸ਼੍ਰੀ ਅਕਾਲ ਜੀ ਹੁਣੇ-ਹੁਣੇ ਇੱਕ ਅਪਡੇਟ ਆਇਆ ਆਫੀਸ਼ੀਅਲੀ ਜਿਹੜਾ ਕਿ ਅਧਿਆਪਕ ਪਰਚੀ ਨਾਲ ਸੰਬੰਧਿਤ ਹੈ ਜੀ ਤੁਸੀਂ ਆਫੀਸ਼ੀਅਲ ਵੈਬਸਾਈਟ ਦੇ ਉੱਪਰ ਜਾ ਕੇ ਦੇਖ ਸਕਦੇ ਹੋ ਜਿਹੜੀ ਕਿ ਪਰਤੀ ਆਈ ਸੀ ਆਪਣੀ 4767 ਅਸਾਮੀਆਂ ਨਾਲ ਸੰਬੰਧਿਤ ਜਿਹੜਾ ਦਾ ਪੇਪਰ ਲਿਆ ਜਾ ਰਿਹਾ ਲਿਖਤੀ ਪੇਪਰ ਲਿਆ ਜਾ ਰਿਹਾ ਇਹਦੇ ਨਾਲ ਸੰਬੰਧਿਤ ਹੈ ਜੀ ਤੁਸੀਂ ਦੇਖ ਸਕਦੇ ਹੋ ਜਿਹੜੇ ਨੇਤਰਹੀਨ ਤੇ ਪੜ੍ਹਨ ਲਿਖਣ ਤੋਂ ਅਸਮਰਥ ਉਮੀਦਵਾਰ ਨੇ ਉਹਨਾਂ ਦੇ ਲਈ ਹੈ ਜੀ ਇਹ ਅਪਡੇਟ ਆ ਤੁਸੀਂ ਪੂਰੇ ਦਾ ਪੂਰਾ ਦੇਖ ਸਕਦੇ ਹੋ ਸਕਰੀਨ ਤੇ ਵੀ ਪੜ ਸਕਦੇ ਆ ਆਫੀਸ਼ੀਅਲ ویب سائٹ ਤੇ ਵੀ ਪੜ ਸਕਦੇ ਹੋ ਨਿਜੀ ਤੌਰ ਤੇ ਹਾਜ਼ਰ ਹੋਣ ਦੇ ਲਈ ਉਹਨਾਂ ਨੂੰ ਬੁਲਾਇਆ ਗਿਆ ਉੱਥੋਂ ਇੱਕ ਲਖਾਰੀ ਸੰਬੰਧੀ ਜਿਹੜਾ ਸਰਟੀਫਿਕੇਟ ਪ੍ਰਾਪਤ ਕਰਨਗੇ ਜੀ ਠੀਕ ਹੈ ਜੀ ਤਾਰੀਖ ਦਿੱਤੀ ਗਈ ਆ ਲਿਖਤੀ ਟੈਸਟ ਦੇ ਸੰਬੰਧਤ ਤੁਹਾਡੇ ਮਨ ਚੋਂ ਕੋਈ ਉਲਝਣ ਨਹੀਂ ਰਹਿਣੀ ਚਾਹੀਦੀ ਕਿਉਂਕਿ ਇਸ ਅਪਡੇਟ ਦੇ ਮੁਤਾਬਕ ਵੀ ਸੋਸ਼ਲ ਸਾਇੰਸ ਤੇ ਪੰਜਾਬੀ ਇੱਕ ਤਰੀਕੀ ਆ ਜੀ ਜਿਹੜੀਆਂ ਲਿਖਤੀ ਟੈਸਟ ਦੀਆਂ ਮਿਤੀਆਂ ਦਿੱਤੀਆਂ ਗਈਆਂ ਨੇ ਮੈਥ, ਹਿੰਦੀ, ਅੰਗਰੇਜ਼ੀ, ਸਾਇੰਸ, 뮤직 ਤੇ ਲਖਾਰੀ ਸੰਬੰਧੀ ਜਿਹੜਾ ਸਰਟੀਫਿਕੇਟ ਪ੍ਰਾਪਤ ਕਰਨ ਦੀ ਮਿਤੀ ਆ ਜੀ ਉਹ ਤੁਸੀਂ ਦੇਖ ਸਕਦੇ ਹੋ ਸੋਸ਼ਲ ਸਾਇੰਸ ਤੇ ਪੰਜਾਬੀ ਲਈ 18 ਤੇ ਬਾਕੀਆਂ ਲਈ 25 ਆ ਜੀ ਸਮਾਂ 10 ਤੋਂ 5 ਵਜੇ ਤੱਕ ਤੇ ਪੂਰੇ ਦਾ ਪੂਰਾ ਇਹ ਧਿਆਨ ਦੇ ਵਿੱਚ ਜਿਹੜੇ ਵੀ ਇਸ ਨਾਲ ਸੰਬੰਧਿਤ ਉਮੀਦਵਾਰ ਨੇ ਉਹਨਾਂ ਤੱਕ ਇਹ ਜਾਣਕਾਰੀ ਜ਼ਰੂਰ ਪਹੁੰਚਾਈ ਜਾਵੇ ਠੀਕ ਆ ਜੀ ਹਾਂ ਤੇ ਉਹਨਾਂ ਨੂੰ ਪੜ੍ਹ ਕੇ ਉਹਨਾਂ ਨਾਲ ਜ਼ਰੂਰ ਸਾਂਝੀ ਕੀਤੀ ਜਾਵੇ ਬੇਸ਼ੱਕ ਵੀਡੀਓ ਵੀ ਸਾਂਝੀ ਕਰ ਸਕਦੇ ਹਾਂ ਤੇ ਇਹਦੇ ਵਿੱਚ ਕੀ ਕੀ ਜੋ ਵੀ ਹਦਾਇਤਾਂ ਦਿੱਤੀਆਂ ਗਿਆ ਨੇ ਸਾਰੀਆਂ ਸਾਰੀਆਂ ਇਹ ਹਦਾਇਤਾਂ 4767 ਅਸਾਮੀਆਂ ਦੀ ਭਰਤੀ ਦੇ ਨਾਲ ਨੇ ਤਰਹੀਨ ਨੇ ਜਿਹੜੇ ਉਮੀਦਵਾਰ ਇਹ ਜ਼ਰੂਰ ਇੱਕ ਵਾਰ ਇਸ ਨੂੰ ਧਿਆਨ ਦੇ ਨਾਲ ਪੜ ਲਿਆ ਜਾਵੇ ਠੀਕ ਹੈ ਜੀ ਇਹ ਪੂਰੀ ਦੀ ਪੂਰੀ ਜਾਣਕਾਰੀ ਕਿਰਪਾ ਕਰਕੇ ਉਹਨਾਂ ਉਮੀਦਵਾਰਾਂ ਤੱਕ ਜ਼ਰੂਰ ਸਾਂਝੀ ਕੀਤੀ ਜਾਵੇ ਇਹ ਹਦਾਇਤਾਂ ਜ਼ਰੂਰ ਉਹਨਾਂ ਨੂੰ ਪੜ ਕੇ ਆ ਦੱਸੀਆਂ ਜਾਣ ਤਾਂ ਜੋ ਉਹਨਾਂ ਨੂੰ ਪੇਪਰ ਦੇ ਵਿੱਚ ਆਉਣ ਵਾਲੇ ਸਮੇਂ 'ਚ ਕੋਈ ਦਿੱਕਤ ਨਾ ਹੋਵੇ ਇਹ ਹੁਣੇ ਅਪਡੇਟ ਆਇਆ ਕੋਈ ਹੋਰ ਅਪਡੇਟ ਆਉਂਦਾ ਜਾ ਪੰਜਾਬੀ ਨਾਸਵੰਦ ਤੇ ਜਮੀ ਆਪਾਂ ਵੀਡੀਓ ਲੈ ਕੇ ਆ ਰਹੇ ਆ ਲੈ ਕੇ ਆਉਂਦੇ ਰਹਾਂਗੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਸਕਦੇ ਹੋ ਮਿਲਾਂਗੇ ਬਹੁਤ ਜਲਦ ਹਾਸਤੇ ਵਾਦੇ ਰੋ